पंजाबी धरती सोहने लोग दे नाल मुहम्मद जवेद इकबाल जट हाजरे खिद ਲਾਹੌਰੋਂ ਅਸੀਂ ਜਾ ਰਹੇ ਹਾਂ ਕਰਤਾਰਪੁਰ ਸਾਹਿਬ ਵਾਸਤੇ। ਇਸ ਵੇਲੇ ਤੁਹਾਨੂੰ ਮਨਾਰੇ ਪਾਕਿਸਤਾਨ, ਬਾਦਸ਼ਾਹੀ ਮਸਜਿਦ, ਦਾਤਾ ਸਾਹਿਬ ਦਰਬਾਰ ਔਰ ਗੁਰਦੁਆਰਾ ਵੀ ਤੁਹਾਨੂੰ ਨਜ਼ਰ ਆ ਰਿਹਾ ਔਰ ਸ਼ਾਹੀ ਕਿਲ੍ਹਾ। ਇਹ ਸਾਰੀਆਂ ਇਮਾਰਤਾਂ ਸਾਨੂੰ ਇੱਕੋ ਹੀ ਸਬਕ ਦਿੰਦੀਆਂ ਕਿ ਹਮੇਸ਼ਾ ਇੱਕ ਰਵੋ, ਇੱਕੋ ਹੀ ਵਸੋ ਅਤੇ ਇੱਕ ਦੂਸਰੇ ਦਾ ਖਿਆਲ ਰੱਖੋ। ਜਦੋਂ ਤੁਸੀਂ ਇੱਕ ਦੂਸਰੇ ਦਾ ਖਿਆਲ ਰੱਖੋਗੇ, ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਹਿਲਾ ਨਹੀਂ ਸਕਦੀ। ਪੰਜਾਬੀ ਧਰਤੀ ਸੋਹਣੇ ਲੋਕ ਦੇ ਨਾਲ ਮੁਹੰਮਦ ਜਵੇਦ ਇਕਬਾਲ ਜੱਟ ਹਾਜ਼ਰੇ ਖਿਦਮਤ ਆ। ਅੱਜ ਅਸੀਂ ਕਰਤਾਰਪੁਰ ਸਾਹਿਬ ਪਹੁੰਚੇ ਹਾਂ, ਤੁਹਾਡੀ ਮੁਲਾਕਾਤ ਕਰਾਵਾਂਗੇ ਇਹਨਾਂ ਦੇ ਬਜ਼ੁਰਗਾਂ ਦੇ ਨਾਲ। 75 ਸਾਲ ਬਾਅਦ ਫਿਰ ਇਸ ਅਬਦੁਲ ਖਾਲਕ ਦੇ ਇੱਕ ਬਜ਼ੁਰਗ ਨੂੰ ਅਸੀਂ ਮਿਲਾ ਰਹੇ ਹਾਂ, ਉਹ ਬਜ਼ੁਰਗ ਜਿਹੜੇ ਚੜ੍ਹਦੇ ਪੰਜਾਬ ਚਲੇ ਗਏ ਸੀ। ਆਓ ਫਿਰ ਅੱਜ ਅਸੀਂ ਕਰਤਾਰਪੁਰ ਤੋਂ, ਜਿਹੜੇ ਸਾਡੇ ਚੜ੍ਹਦੇ ਪੰਜਾਬ ਜਲੰਧਰ ਤੋਂ ਪਿੰਡ ਭੱਟੀਆਂ ਤੋਂ ਸਾਡੇ ਬਜ਼ੁਰਗ ਆਏ ਹੋਏ ਆ, ਉਹਨਾਂ ਨਾਲ ਤੁਹਾਡੀ ਮੁਲਾਕਾਤ ਵੀ ਕਰਾਵਾਂਗੇ ਅਤੇ ਅਸੀਂ ਉਹ ਵੇਲਾ ਵੀ ਵਿਖਾਵਾਂਗੇ ਜਦੋਂ 75 ਸਾਲ ਬਾਅਦ ਚਾਚਾ ਭਤੀਜਾ ਦੁਬਾਰਾ ਫਿਰ ਮਿਲ ਰਹੇ ਆ 37 ਮਾਈਲ ਦੇ ਪਿਛੜੇ ਹੋਏ। ਅਸੀਂ ਤੁਹਾਨੂੰ ਅੱਜ ਤੁਹਾਡੇ ਨਾਲ ਨਾਲ ਇਹਨਾਂ ਬਜ਼ੁਰਗਾਂ ਦੀ ਮੁਲਾਕਾਤ ਵੀ ਦਿਖਾਵਾਂਗੇ। ਇਹ ਜੀ ਫੈਮਿਲੀ ਸਾਡੀ ਆਈ ਹੋਈ ਆ ਜੀ, ਬੂਰੇ ਵਾਲੇ ਤੋਂ ਪਹੁੰਚੇ ਹੋਏ ਆ ਅਤੇ ਸਾਡੇ ਚੜ੍ਹਦੇ ਪੰਜਾਬ ਤੋਂ ਵੀ ਮਹਿਮਾਨ ਆ ਚੁੱਕੇ ਆ।
ਜ਼ਿਲ੍ਹੇ 'ਚ ਪੈਂਦਾ ਜੀ? ਜਲੰਧਰ 'ਚ ਜੀ। ਜਲੰਧਰ 'ਚ ਤੁਹਾਡਾ ਜਨਮ ਕਿੱਥੇ ਹੋਇਆ ਜੀ? ਯਾਰ ਮੇਰਾ 37-12 ਇੱਥੇ ਹੋਇਆ ਜੀ। ਇਹ 37-12 ਇਲ ਕਿਹੜੀ ਜਗ੍ਹਾ ਪੈਂਦੀ ਆ ਜੀ? ਮੈਨੂੰ ਜਿਹੜਾ ਪੈਂਦਾ ਜੀ ਚੀਚਾ ਵਤਨੀ ਲੱਗੇ ਜੀ। ਚੀਚਾ ਵਤਨੀ ਦੇ ਇਹ ਮੈਂ ਸੱਜਣ ਵੇਲੇ ਤੁਹਾਨੂੰ ਦੱਸ ਦਵਾਂ, ਚੜ੍ਹਦੇ ਪਾਸੇ ਪਿੰਡ ਆ ਜਿਹਨੂੰ ਇਸ ਵੇਲੇ ਜਿਹੜੇ ਪੁਰਾਣੇ ਬਜ਼ੁਰਗ ਸਾਡੇ ਉਹ ਕਹਿੰਦੇ 37 ਸਿੱਖਾਂ ਵਾਲੀ, ਕੁਛ ਲੋਕ 37 ਗੁੱਜਰਾਂ ਵਾਲੀ ਕਹਿੰਦੇ, ਕਿਉਂਕਿ ਜਦੋਂ ਪਾਕਿਸਤਾਨ ਬਣਿਆ ਉੱਥੇ ਆ ਕੇ ਫਿਰ ਗੁੱਜਰ ਵੱਸ ਗਏ, ਅਤੇ ਕੁਛ ਲੋਕ 37 ਕਬਰਾਂ ਵਾਲੀ ਵੀ ਵੱਸ ਕਹਿੰਦੇ ਆ। ਇਹ ਜਿਹੜਾ ਦਾਤ ਫਤਿਆਣੇ ਦਾ ਰੋਡ ਮੁਲਤਾਨ ਤੋਂ ਲਾਹੌਰ ਆਉਂਦਾ, ਇਹ ਉਸ ਰੋਡ ਦੇ ਉੱਪਰ ਆ ਬਿਲਕੁਲ ਪਿੰਡ, ਅਤੇ ਲਿਹਾਜ਼ਾ ਇਹ ਸਾਰੇ ਦੋਸਤ ਅਹਿਬਾਬ ਇੱਕੋ ਹੀ ਆ, ਇੱਕੋ ਹੀ ਰਿਸ਼ਤਾ ਇਹਨਾਂ ਦਾ, ਇੱਕੋ ਹੀ ਖੂਨ ਆ ਜੀ। ਚਾਚਾ ਜੀ ਅਬਦੁਲ ਖਾਲਕ ਸਾਹਿਬ, ਤੁਸੀਂ ਅੱਜ ਪਹੁੰਚੇ ਆਪਣੇ ਚਾਚਾ ਜੀ ਨੂੰ ਮਿਲ ਕੇ, ਕਿਸ ਤਰ੍ਹਾਂ ਦਾ ਕਰਦੇ ਮਹਿਸੂਸ ਹੋ ਰਿਹਾ ਤੁਹਾਨੂੰ? ਅਤੇ ਇਹ ਚਾਚਾ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਸੀ ਟੈਲੀਫੋਨ 'ਤੇ, ਅੱਜ ਤੁਸੀਂ ਰੂ ਬਰੂ ਗੱਲਬਾਤ ਕੀਤੀ ਆ, ਰੂ ਬਰੂ ਇੱਕ ਦੂਜੇ ਦੇ ਨਾਲ ਦਿਲ ਲਾਏ ਆ, ਜਿਸਮ ਜਿਹੜਾ ਤੁਹਾਡਾ ਜੁੱਸਾ ਉਹ 75 ਸਾਲ ਬਾਅਦ ਮਿਲਿਆ, ਅਤੇ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਆ? ਬਿਲਕੁਲ ਜੀ ਪਿਆਰ, ਬਿਲਕੁਲ ਸਹੀ। ਠੀਕ ਆ ਜੀ, ਇਹ ਚਾਚਾ ਜੀ ਤੁਹਾਨੂੰ ਮਿਲੇ ਆ, ਅਤੇ ਤੁਸੀਂ ਰੱਬ ਦਾ ਸ਼ੁਕਰ ਅਦਾ ਕਰਦੇ ਆ ਜੀ? ਹਾਂ ਜੀ ਹਾਂ ਜੀ। ਠੀਕ ਆ ਜੀ, ਬਹੁਤ ਸ਼ੁਕਰੀਆ ਜੀ। ਹਾਂਜੀ, ਆਪਣਾ ਕੀ ਨਾਮ ਜੀ? ਅਮਰਦੀਪ ਕੌਰ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਜਲੰਧਰ। ਤੁਹਾਡਾ ਅਬਦੁਲ ਖਾਲਕ ਨਾਲ ਕੀ ਰਿਸ਼ਤਾ ਜੀ? ਆਪਣੇ ਬਜ਼ੁਰਗ ਜਿਹੜੇ ਆ ਖੜੇ ਆ, ਇਹ ਤੁਹਾਡੇ ਰਿਸ਼ਤੇ 'ਚ ਕੀ ਲੱਗਦੇ ਜੀ? ਬਲਜੀਤ ਸਿੰਘ ਸਾਹਿਬ। ਅੱਛਾ ਜੀ, ਤੁਹਾਡੇ ਪਾਪਾ ਜੀ। ਭੈਣ ਜੀ ਤੁਹਾਡਾ ਕੀ ਨਾਮ ਜੀ? ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ? ਜਲੰਧਰ ਤੋਂ। ਜਲੰਧਰ ਤੋਂ ਤੁਸੀਂ ਅਬਦੁਲ ਖਾਲਕ ਸਾਹਿਬ ਨੂੰ ਅੱਜ 75 ਸਾਲ ਬਾਅਦ ਸੁਣੇ ਦੇ ਰਹਿੰਦੇ ਸੀ, ਲੇਕਿਨ ਅੱਜ ਤੁਸੀਂ ਪਹਿਲੀ ਵਾਰੀ ਵੇਖਿਆ, ਤੇ ਕਿਸ ਤਰ੍ਹਾਂ ਦਾ ਫੀਲਿੰਗ ਕਰਦੇ ਆ, ਕੀ ਮਹਿਸੂਸ ਹੋ ਰਿਹਾ ਤੁਹਾਨੂੰ? ਤੇ ਬਾਬੇ ਗੁਰੂ ਘਰ ਦਾ ਜਿਹੜਾ ਬਾਬੇ ਗੁਰੂ ਘਰ ਦਾ ਤੁਸੀਂ ਮੱਥਾ ਟੇਕਿਆ, ਤੇ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਉਹ ਪਵਿੱਤਰ ਧਰਤੀ ਤੇ ਪਹੁੰਚ ਕੇ? ਸਾਨੂੰ ਬਹੁਤ ਵਧੀਆ ਲੱਗਾ, ਬਹੁਤ ਖੁਸ਼ੀ ਹੁੰਦੀ ਹੈ ਇੱਥੇ ਆ ਕੇ, ਬਹੁਤ ਵਧੀਆ ਲੱਗਾ, ਬਹੁਤ ਸਾਰੇ ਕਿਆ ਪਾਕਿਸਤਾਨੀ ਗੌਰਮੈਂਟ ਦੇ ਜਿਹੜੇ ਇੰਤਜ਼ਾਮ ਕੀਤੇ, ਤੁਸੀਂ ਮੁਤਮਿਨ ਆ ਜੀ? ਹਾਂਜੀ। ਕਿ ਬਿਲਕੁਲ ਸਾਰੇ, ਕੋਈ ਐਸੇ ਤੁਹਾਨੂੰ ਮਸਲਾ, ਕੋਈ ਐਸੀ ਕੋਈ ਦਿੱਕਤ ਪੇਸ਼ ਤਾਂ ਨਹੀਂ ਇੱਥੇ? ਸਭ ਕੁਛ ਵਧੀਆ ਜੀ? ਚਲੋ ਬਹੁਤ ਮਿਹਰਬਾਨੀ ਜੀ। ਜਿੰਦਿਆਂ ਦੇ ਮੇਲੇ ਰਾਣਾ ਜੀ, ਮੇਰਾ ਬਹੁਤ ਬਹੁਤ ਖੁਸ਼ੀ ਹੋਈ ਮਿਲ ਕੇ, ਮੇਰਾ ਖੂਨ ਵੱਧ ਗਿਆ ਕਿਲੋ। ਆਪਣਾ ਲਹੂ ਮਿਲ ਗਿਆ। ਤੁਸੀਂ ਪਾਕਿਸਤਾਨ ਆਓ ਜੀ, ਤੁਹਾਡਾ 2 ਕਿਲੋ ਵਧਾਵਾਂਗੇ ਅਸੀਂ। ਪਿੰਡ ਆਓ ਤੁਸੀਂ, ਮਹਾਰਾਜ ਦਾ ਹੁਕਮ ਜਦੋਂ ਹੋਣਾ ਜੀ ਉਦੋਂ ਆਉਣਾ। ਇੱਥੇ ਵੇਖਣਾ ਨਾ ਅਸੀਂ ਤੁਹਾਡੇ ਚੀਜ਼ਾਂ ਦੇ ਘਰ ਸਕੀਏ। ਖਿਚਵੇਂ ਦੀ ਖਿਚਵੇਂ ਬੰਦਾ ਮਿਲਦਾ, ਇਹ ਤੋਂ ਖਿਚਵੇਂ ਹੋਰ ਵੱਡੀ ਕਿਹੜੀ ਹੁੰਦੀ ਆ? ਨਹੀਂ ਜੀ, ਉਹ ਤਾਂ ਐਵੇਂ ਗਾਇਕ ਜਿਹੜੇ ਬੰਦਾ ਦਾ ਕੰਮ ਹੈ ਵੀ ਸਾਡੀ ਖਿਦਮਤ ਨਹੀਂ ਹੋਈ। ਸਮਾਨ ਛਡਾ ਕੇ ਫਿਰ ਆ ਰਿਹਾ, ਠੀਕ ਹੈ ਜੀ। ਜ਼ਿੰਦਗੀ ਰਹੀ ਤਾਂ ਫਿਰ ਸਹੀ। ਅੱਛਾ ਜੀ, ਉੱਪਰ ਵਾਲੇ ਦੇ ਵਾਸ ਆਏ, ਬਸ ਉਹਦੇ ਵਾਸ ਜੀ, ਬਸ ਮਿਹਰਬਾਨੀ। ਸਾਡੇ ਪਾਕਿਸਤਾਨ ਦੇ ਮਹਿਮਾਨ ਵੀ ਅਲਵਿਦਾ ਹੋ ਰਹੇ ਜੀ, ਇਜਾਜ਼ਤ ਲੈ ਰਹੇ ਆ। ਰਾਣਾ ਸਾਹਿਬ, ਰਾਣਾ ਜ਼ਹੂਰ ਸਾਹਿਬ ਇਹਨਾਂ ਦਾ ਨਾਮ ਆ ਜੀ, ਗੁਜਰਾਂ ਵਾਲੇ ਤੋਂ ਸਪੈਸ਼ਲ ਆਪਣੇ ਪਿੰਡ ਵਾਲਿਆਂ ਨੂੰ ਮਿਲਣ ਆਏ ਸੀ। ਰਾਣਾ ਸਾਹਿਬ ਦਾ ਵੀ ਪਿੰਡ ਪਟੀਆਂ ਵਾਲਾ,
ਤੇ ਜਿਹੜਾ ਘਰ ਇਹਨਾਂ ਦਾ ਸੀ ਤੋਂ ਆਹ ਪੱਟੀਆਂ ਵਾਲੇ ਬਜ਼ੁਰਗ ਜਿਹੜੇ ਸਾਡੇ ਅੱਜ ਆਏ ਆ ਇਹ ਉਹਨਾਂ ਦੇ ਘਰ ਬੈਠੇ ਆ ਜੀ। ਚਲੋ ਚੱਪਾ ਹੋਈ ਅੱਛਾ ਜੀ, ਖੁਦਾ ਹਾਫਿਜ਼। ਚੰਗਾ ਜੀ। ਅੱਜ ਫਿਰ ਚਾਚੇ ਭਤੀਜੇ ਦੇ ਨਾਲ 75 ਸਾਲ ਵਾਲੀਆਂ ਕਿਹੜੀਆਂ ਕਿਹੜੀਆਂ ਗੱਲਾਂ ਹੋਈਆਂ ਉਹ ਅਸੀਂ ਜਲਦ ਹੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਿਖਾਵਾਂਗੇ। ਉਨੀ ਦੇਰ ਤੱਕ ਸਾਨੂੰ ਇਜਾਜ਼ਤ ਦਿਓ। ਰੱਬ ਸੋਹਣੇ ਦੇ ਹਵਾਲੇ, ਰੱਬ ਰਾਖਾ।